ਇੱਕ ਮਾਂ ਆਪਣੀ ਧੀ ਨੂੰ ਕਿਵੇਂ ਕੁੱਟ ਸਕਦੀ ਹੈ, ਉਹ ਵੀ ਉਹ ਜਿਸ ਨੂੰ ਉਸਨੇ ਖੁਦ ਜਨਮ ਦਿੱਤਾ ਹੋਵੇ। ਜੀ ਹਾਂ, ਇੱਕ ਅਜਿਹੀ ਕਲਯੁਗੀ ਮਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਨੇ ਆਪਣੀ ਧੀ ਦਾ ਕੁੱਟ ਕੁੱਟ ਕੇ ਬੁਰਾ ਹਾਲ ਕਰ ਦਿੱਤਾ। ਦੱਸਦੀਏ ਕਿ ਉਸਦੀ ਧੀ 10 ਸਾਲ ਦੀ ਹੈ ਔਰ ਜਿਸ ਦੇ ਨਾਲ ਬੁਰੇ ਤਰੀਕੇ ਨਾਲ ਕੁੱਟਮਾਰ ਰੋਜ਼ ਦੀ ਤਰ੍ਹਾਂ ਕੀਤੀ ਜਾਂਦੀ ਹੈ। CCTV ਤਸਵੀਰਾਂ ਸਾਹਮਣੇ ਆਈਆਂ ਨੇ। ਦੱਸਦੀਏ ਕਿ ਪਹਿਲਾਂ ਵੀ ਇਸ ਔਰਤ ਦੀਆਂ ਵੀਡੀਓਜ਼ ਵਾਇਰਲ ਹੋਈਆਂ ਸੀ, ਥਾਣੇ ਤੱਕ ਗੱਲ ਪਹੁੰਚ ਗਈ ਸੀ। ਪੁਲਿਸ ਦੇ ਅੱਗੇ ਇਸ ਔਰਤ ਨੇ ਆਪਣੀ ਗਲਤੀ ਮੰਨੀ ਸੀ ਤੇ ਮਾਫੀ ਵੀ ਮੰਗੀ ਸੀ। ਹੁਣ ਫਿਰ ਇਸਨੇ ਆਪਣੀ ਧੀ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਧੀ ਦੇ ਵੱਲੋਂ ਇੱਕ ਪੱਤਰ ਵੀ ਲਿਖਿਆ ਗਿਆ ਸੀ ਜਿਸ ਦੇ ਵਿੱਚ ਲਿਖਿਆ ਕਿ ਮੇਰੀ ਮਾਂ ਮੈਨੂੰ ਰੋਜ਼ ਕੁੱਟਦੀ ਹੈ, ਮੈਨੂੰ ਖਾਣ ਦੇ ਲਈ ਕੁਝ ਵੀ ਨਹੀਂ ਦਿੰਦੀ। ਜਿਸ ਤੋਂ ਬਾਅਦ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੇ ਬੱਚੀ ਦੀ ਮਾਂ ਨੂੰ ਥਾਣੇ ਬੁਲਾਇਆ ਸੀ ਅਤੇ ਬੱਚੀ ਦੀ ਮਾਂ ਨੇ ਆਪਣੀ ਗਲਤੀ ਮੰਨ ਲਈ ਸੀ ਅਤੇ ਦੁਬਾਰਾ ਬੱਚੀ ਨਾਲ ਕੁੱਟਮਾਰ ਕਰਨ ਤੋਂ ਤੋਬਾ ਕੀਤੀ ਸੀ। ਪਰ ਹੁਣ ਇੱਕ ਹੋਰ ਵੀਡੀਓ ਤਾਜ਼ਾ ਸਾਹਮਣੇ ਆਈ ਜਿਸ ਦੇ ਵਿੱਚ ਉਹੀ ਕਲਯੁਗੀ ਮਾਂ ਫਿਰ ਤੋਂ ਆਪਣੀ ਬੱਚੀ ਨੂੰ ਘੜੀਸ ਘੜੀਸ ਕੇ ਕੁੱਟਦੀ ਨਜ਼ਰ ਆ ਰਹੀ ਹੈ। ਉਸ ਨੂੰ ਪਤਾ ਹੈ ਕਿ ਗਲੀ ਦੇ ਵਿੱਚ ਕੈਮਰੇ ਲੱਗੇ ਹੋਏ ਨੇ, ਇਸ ਕਰਕੇ ਉਹ ਬੱਚੀ ਨੂੰ ਘੜੀਸ ਕੇ ਘਰ ਦੇ ਅੰਦਰ ਲਿਜਾ ਕੇ ਬੁਰੀ ਤਰ੍ਹਾਂ ਕੁੱਟਦੀ ਹੈ। ਘਰ ਦੇ ਅੰਦਰ ਦੀ ਵੀਡੀਓ ਤਾਂ ਸਾਹਮਣੇ ਨਹੀਂ ਆਈ, ਪਰ ਗਲੀ ਦੇ ਵਿੱਚ ਬੱਚੀ ਨਾਲ ਕੁੱਟਮਾਰ ਦੀ ਵੀਡੀਓ ਕੈਮਰੇ ਦੇ ਵਿੱਚ ਕੈਦ ਹੋਈ। ਇਹ ਵੀਡੀਓ ਲੁਧਿਆਣਾ ਦੇ ਬਲਦੇਵ ਨਗਰ ਦੀ ਹੈ। ਕਿਹਾ ਜਾ ਰਿਹਾ ਕਿ ਬੱਚੀ ਨਾਲ ਰੋਜ਼ ਇਸੇ ਤਰ੍ਹਾਂ ਘਰ ਦੇ ਅੰਦਰ ਕੁੱਟਮਾਰ ਹੁੰਦੀ ਹੈ। ਗਲੀ ਵਾਲੇ ਜੇਕਰ ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਇਹ ਕਲਯੁਗੀ ਮਾਂ ਉਹਨਾਂ ਦੇ ਨਾਲ ਗਾਲੀ ਗਲੋਚ ਕਰਦੀ ਹੈ, ਲੋਕਾਂ ਦੇ ਬੱਚਿਆਂ ਨੂੰ ਬਦ ਦੁਆਵਾਂ ਵੀ ਦਿੰਦੀ ਹੈ, ਜਿਸ ਕਰਕੇ ਕੋਈ ਵੀ ਉਸਦੇ ਖਿਲਾਫ ਬੋਲਣ ਦੀ ਹਿੰਮਤ ਨਹੀਂ ਰੱਖਦਾ। ਪਰ ਇਸ ਕਲਯੁਗੀ ਮਾਂ ਦਾ ਅਣਮਨੁੱਖੀ ਚਿਹਰਾ ਇੱਕ ਵਾਰ ਫਿਰ ਤੋਂ ਸਾਹਮਣੇ ਆਇਆ। ਪੁਲਿਸ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲਿਆ ਜਾਵੇ ਔਰ ਇਸ ਕਲਯੁਗੀ ਮਾਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਇਆ ਜਾਵੇ। ਇੱਕ ਮਾਂ ਆਪਣੀ ਧੀ ਨੂੰ ਕਿਵੇਂ ਕੁੱਟ ਸਕਦੀ ਹੈ, ਉਹ ਵੀ ਉਹ ਜਿਸ ਨੂੰ ਉਸਨੇ ਖੁਦ ਜਨਮ ਦਿੱਤਾ ਹੋਵੇ। ਜੀ ਹਾਂ, ਇੱਕ ਅਜਿਹੀ ਕਲਯੁਗੀ ਮਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਨੇ ਆਪਣੀ ਧੀ ਦਾ ਕੁੱਟ ਕੁੱਟ ਕੇ ਬੁਰਾ ਹਾਲ ਕਰ ਦਿੱਤਾ। ਦੱਸਦੀਏ ਕਿ ਉਸਦੀ ਧੀ 10 ਸਾਲ ਦੀ ਹੈ ਔਰ ਜਿਸ ਦੇ ਨਾਲ ਬੁਰੇ ਤਰੀਕੇ ਨਾਲ ਕੁੱਟਮਾਰ ਰੋਜ਼ ਦੀ ਤਰ੍ਹਾਂ ਕੀਤੀ ਜਾਂਦੀ ਹੈ। CCTV ਤਸਵੀਰਾਂ ਸਾਹਮਣੇ ਆਈਆਂ ਨੇ। ਦੱਸਦੀਏ ਕਿ ਪਹਿਲਾਂ ਵੀ ਇਸ ਔਰਤ ਦੀਆਂ ਵੀਡੀਓਜ਼ ਵਾਇਰਲ ਹੋਈਆਂ ਸੀ, ਥਾਣੇ ਤੱਕ ਗੱਲ ਪਹੁੰਚ ਗਈ ਸੀ। ਪੁਲਿਸ ਦੇ ਅੱਗੇ ਇਸ ਔਰਤ ਨੇ ਆਪਣੀ ਗਲਤੀ ਮੰਨੀ ਸੀ ਤੇ ਮਾਫੀ ਵੀ ਮੰਗੀ ਸੀ। ਹੁਣ ਫਿਰ ਇਸਨੇ ਆਪਣੀ ਧੀ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਧੀ ਦੇ ਵੱਲੋਂ ਇੱਕ ਪੱਤਰ ਵੀ ਲਿਖਿਆ ਗਿਆ ਸੀ ਜਿਸ ਦੇ ਵਿੱਚ ਲਿਖਿਆ ਕਿ ਮੇਰੀ ਮਾਂ ਮੈਨੂੰ ਰੋਜ਼ ਕੁੱਟਦੀ ਹੈ, ਮੈਨੂੰ ਖਾਣ ਦੇ ਲਈ ਕੁਝ ਵੀ ਨਹੀਂ ਦਿੰਦੀ। ਜਿਸ ਤੋਂ ਬਾਅਦ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੇ ਬੱਚੀ ਦੀ ਮਾਂ ਨੂੰ ਥਾਣੇ ਬੁਲਾਇਆ ਸੀ ਅਤੇ ਬੱਚੀ ਦੀ ਮਾਂ ਨੇ ਆਪਣੀ ਗਲਤੀ ਮੰਨ ਲਈ ਸੀ ਅਤੇ ਦੁਬਾਰਾ ਬੱਚੀ ਨਾਲ ਕੁੱਟਮਾਰ ਕਰਨ ਤੋਂ ਤੋਬਾ ਕੀਤੀ ਸੀ। ਪਰ ਹੁਣ ਇੱਕ ਹੋਰ ਵੀਡੀਓ ਤਾਜ਼ਾ ਸਾਹਮਣੇ ਆਈ ਜਿਸ ਦੇ ਵਿੱਚ ਉਹੀ ਕਲਯੁਗੀ ਮਾਂ ਫਿਰ ਤੋਂ ਆਪਣੀ ਬੱਚੀ ਨੂੰ ਘੜੀਸ ਘੜੀਸ ਕੇ ਕੁੱਟਦੀ ਨਜ਼ਰ ਆ ਰਹੀ ਹੈ। ਉਸ ਨੂੰ ਪਤਾ ਹੈ ਕਿ ਗਲੀ ਦੇ ਵਿੱਚ ਕੈਮਰੇ ਲੱਗੇ ਹੋਏ ਨੇ, ਇਸ ਕਰਕੇ ਉਹ ਬੱਚੀ ਨੂੰ ਘੜੀਸ ਕੇ ਘਰ ਦੇ ਅੰਦਰ ਲਿਜਾ ਕੇ ਬੁਰੀ ਤਰ੍ਹਾਂ ਕੁੱਟਦੀ ਹੈ। ਘਰ ਦੇ ਅੰਦਰ ਦੀ ਵੀਡੀਓ ਤਾਂ ਸਾਹਮਣੇ ਨਹੀਂ ਆਈ, ਪਰ ਗਲੀ ਦੇ ਵਿੱਚ ਬੱਚੀ ਨਾਲ ਕੁੱਟਮਾਰ ਦੀ ਵੀਡੀਓ ਕੈਮਰੇ ਦੇ ਵਿੱਚ ਕੈਦ ਹੋਈ। ਇਹ ਵੀਡੀਓ ਲੁਧਿਆਣਾ ਦੇ ਬਲਦੇਵ ਨਗਰ ਦੀ ਹੈ। ਕਿਹਾ ਜਾ ਰਿਹਾ ਕਿ ਬੱਚੀ ਨਾਲ ਰੋਜ਼ ਇਸੇ ਤਰ੍ਹਾਂ ਘਰ ਦੇ ਅੰਦਰ ਕੁੱਟਮਾਰ ਹੁੰਦੀ ਹੈ। ਗਲੀ ਵਾਲੇ ਜੇਕਰ ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਇਹ ਕਲਯੁਗੀ ਮਾਂ ਉਹਨਾਂ ਦੇ ਨਾਲ ਗਾਲੀ ਗਲੋਚ ਕਰਦੀ ਹੈ, ਲੋਕਾਂ ਦੇ ਬੱਚਿਆਂ ਨੂੰ ਬਦ ਦੁਆਵਾਂ ਵੀ ਦਿੰਦੀ ਹੈ, ਜਿਸ ਕਰਕੇ ਕੋਈ ਵੀ ਉਸਦੇ ਖਿਲਾਫ ਬੋਲਣ ਦੀ ਹਿੰਮਤ ਨਹੀਂ ਰੱਖਦਾ।
ਪਰ ਇਸ ਕਲਯੁਗੀ ਮਾਂ ਦਾ ਅਣਮਨੁੱਖੀ ਚਿਹਰਾ ਇੱਕ ਵਾਰ ਫਿਰ ਤੋਂ ਸਾਹਮਣੇ ਆਇਆ। ਪੁਲਿਸ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲਿਆ ਜਾਵੇ ਔਰ ਇਸ ਕਲਯੁਗੀ ਮਾਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਇਆ ਜਾਵੇ।